हथा ते रख बलदे कोले मैं तेरे लड़ लहला लावा खून नसादा कट के बीबा आजा तेरी मांग सजावा यार नसीबा दे नाल मिल दे यार बना के रख ले गहना आज दिन हशरदा निकल मैं नहीं रहना चेलाई यारी मुल मोड़ ना पैना मुल मोड़ ना पैना मुल मोड़ ना पैना। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁ। 2008 ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਅਜਿਹੀ ਫਿਲਮ ਆਈ ਸੀ ਜਿਸ ਨੂੰ ਅੱਜ ਤੱਕ ਵੀ ਉਵੇਂ ਹੀ ਵੇਖਿਆ ਜਾਂਦਾ ਜਿਵੇਂ ਉਹ ਫਿਲਮ ਅੱਜ ਦੇ ਦਿਨ ਹੀ ਰਿਲੀਜ਼ ਹੋਈ ਹੋਵੇ। ਮੈਂ ਗੱਲ ਕਰ ਰਹੀ ਹਾਂ ਪੰਜਾਬੀ ਫਿਲਮ ਹਸ਼ਰ ਦੀ। ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੀ ਇਹ ਫਿਲਮ ਹਸ਼ਰ ਅੱਜ 2024 ਹੋ ਚੁੱਕਿਆ ਔਰ ਇਸ ਫਿਲਮ ਨੂੰ ਅੱਜ 16 ਸਾਲ ਹੋ ਗਏ ਨੇ, ਪਰ ਅੱਜ ਵੀ ਇਸਦੇ ਗੀਤਾਂ ਨੂੰ ਇਸਦੀ ਕਹਾਣੀ ਨੂੰ ਉਵੇਂ ਹੀ ਵੇਖਿਆ ਜਾਂਦਾ, ਉਵੇਂ ਹੀ ਸੁਣਿਆ ਜਾਂਦਾ, ਉਵੇਂ ਹੀ ਇਸ ਫਿਲਮ ਨੂੰ ਪਿਆਰ ਦਿੱਤਾ ਜਾਂਦਾ ਜਿਵੇਂ ਇਹ ਫਿਲਮ ਅੱਜ ਨਵੀਂ ਰਿਲੀਜ਼ ਹੋਈ ਹੋਈ। ਤੇ ਹਾਲ ਹੀ ਦੇ ਵਿੱਚ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਹਸ਼ਰ ਫਿਲਮ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਜਦ ਵੀ ਬੱਬੂ ਮਾਨ ਦੀ ਗੱਲ ਤੁਰਦੀ ਹੈ ਤਾਂ ਹਮੇਸ਼ਾ ਅਖਾੜਿਆਂ ਦੀ ਗੱਲ ਜ਼ਰੂਰ ਆਉਂਦੀ ਹੈ ਕਿ ਬੱਬੂ ਮਾਨ ਦੇ ਅਖਾੜੇ ਸੁਣਨਾ ਹੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ। ਔਰ ਬੱਬੂ ਮਾਨ ਦੇ ਅਖਾੜਿਆਂ ਦੇ ਵਿੱਚ ਜਿੰਨੀ ਹੁੰਮ ਹੁਮਾ ਕੇ ਜਨਤਾ ਪਹੁੰਚਦੀ ਹੈ, ਜਿੰਨੇ ਲੋਕ ਬੱਬੂ ਮਾਨ ਦੇ ਅਖਾੜਿਆਂ ਦੇ ਵਿੱਚ ਵੇਖਣ ਨੂੰ ਮਿਲਦੇ ਨੇ ਉਹ ਕਿਸੇ ਹੋਰ ਅਖਾੜੇ ਦੇ ਵਿੱਚ ਕਦੀ ਵੇਖਣ ਨੂੰ ਨਹੀਂ ਮਿਲੇ। ਸਪੈਸ਼ਲੀ ਤੌਰ 'ਤੇ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਬੱਬੂ ਮਾਨ ਦੇ ਅਖਾੜਿਆਂ ਦੇ ਵਿੱਚ ਜ਼ਿਆਦਾ ਵੇਖਣ ਨੂੰ ਮਿਲਦੀ ਆ। ਔਰ ਇੱਥੇ ਤੱਕ ਕਿ ਬੱਬੂ ਮਾਨ ਦੇ ਅਖਾੜਿਆਂ ਦੀ ਜਦੋਂ ਗੱਲ ਤੁਰਦੀ ਹੈ ਤਾਂ ਇਸ ਦੇ ਨਾਲ ਹਮੇਸ਼ਾ ਬੱਬੂ ਮਾਨ ਦੀ ਐਂਟਰੀ ਦੀ ਗੱਲ ਜ਼ਰੂਰ ਹੁੰਦੀ ਹੈ ਕਿ ਬੱਬੂ ਮਾਨ ਜਿਸ ਗੀਤ ਰਾਹੀਂ ਉਹ ਆਪਣੇ ਅਖਾੜਿਆਂ ਦੇ ਵਿੱਚ ਆਪਣੇ ਲਾਈਵ ਸ਼ੋਅਜ਼ ਦੇ ਵਿੱਚ ਉਹ ਐਂਟਰੀ ਲੈਂਦੇ ਨੇ ਅਤੇ ਕਿਵੇਂ ਉਹ ਸ਼ੋਅ ਦੀ ਸਮਾਪਤੀ ਕਰਦੇ ਨੇ, ਇਹ ਸਭ ਗੱਲਾਂ ਹੁੰਦੀਆਂ ਨੇ। ਤਾਂ ਬੱਬੂ ਮਾਨ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਾਬਾ ਬੋਰ ਵੀ ਕਿਹਾ ਜਾਂਦਾ ਹੈ, ਪੁਰਾਣਾ ਖੁੰਡ ਬੱਬੂ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ। ਅਤੇ ਹਾਲ ਹੀ ਦੇ ਵਿੱਚ ਉਹਨਾਂ ਨੇ ਇਹ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਸਟੇਜ ਦੇ ਉੱਪਰ ਹਸ਼ਰ ਫਿਲਮ ਦਾ 16 ਸਾਲ ਪੁਰਾਣਾ ਗੀਤ ਹਸ਼ਰ ਫਿਲਮ ਤੋਂ ਉਹ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਔਰ ਅੱਜ ਵੀ ਦਰਸ਼ਕਾਂ ਦੇ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਹਸ਼ਰ ਫਿਲਮ ਦੇ ਗੀਤਾਂ ਨੂੰ, ਅਕਸਰ ਹੀ ਲੋਕਾਂ ਦੇ ਵੱਲੋਂ ਬਹੁਤ ਪਿਆਰ ਮਿਲਦਾ ਆਇਆ ਹੈ। ਅਤੇ ਹਾਲ ਹੀ ਦੇ ਵਿੱਚ ਜਿਹੜੀ ਬੱਬੂ ਮਾਨ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਉਸਦੇ ਉੱਪਰ ਲੋਕ ਬਹੁਤ ਵਧੀਆ ਕਮੈਂਟ ਕਰ ਰਹੇ ਨੇ ਅਤੇ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਉਸ ਵੀਡੀਓ ਨੂੰ। ਤੁਸੀਂ ਵੀ ਇਸ ਵੀਡੀਓ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਬੱਬੂ ਮਾਨ ਆਪਣੀ ਹੀ ਫਿਲਮ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਹਸ਼ਰ ਫਿਲਮ ਦਾ। ਹੱਥਾਂ ਤੇ ਰੱਖ ਬਲਦੇ ਕੋਲੇ ਮੈਂ ਤੇਰੇ ਲੜ ਲਹਿਲਾ ਲਾਵਾਂ ਖੂਨ ਨਸਾਂ ਦਾ ਕੱਟ ਕੇ ਬੀਬਾ ਆਜਾ ਤੇਰੀ ਮਾਂਗ ਸਜਾਵਾਂ ਯਾਰ ਨਸੀਬਾ ਦੇ ਨਾਲ ਮਿਲ ਦੇ ਯਾਰ ਬਣਾ ਕੇ ਰੱਖ ਲੈ ਗਹਿਣਾ ਅੱਜ ਦਿਨ ਹਸ਼ਰ ਦਾ ਨਿਕਲ ਮੈਂ ਨਹੀਂ ਰਹਿਣਾ ਚੇਲਾਈ ਯਾਰੀ ਮੁੱਲ ਮੋੜ ਨਾ ਪੈਣਾ ਮੁੱਲ ਮੋੜ ਨਾ ਪੈਣਾ ਮੁੱਲ ਮੋੜ ਨਾ ਪੈਣਾ। ਤੁਹਾਨੂੰ ਇਹ ਫਿਲਮ ਦੇ ਗੀਤ ਕਿਵੇਂ ਦੇ ਲੱਗਦੇ ਨੇ ਅਤੇ ਫਿਲਮ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਕੀ ਹਰ ਖਬਰ ਸਭ ਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।